ಸಿದ್ದು ಮೂಸೆಯಾಳ ಸನಿ ಮಾರ್ಟಣ ಕೋಲ ಬೆಕವಾಡ ಏ ಮುದ್ದೆ ਦੇ ਅਸੀਂ ਲੈ ਆਪਾਂ ਅੱਜ ਵੀਡੀਓ ਦੇਖੀ ਸੀਗੀ ਭਾਈ ਦੀ ਜਿਹੜਾ ਗਰਦ ਬਾਲੀ ਉਠਾਉਂਦਾ ਤੇ ਮੈਨੂੰ ਨਹੀਂ ਪਤਾ ਕਿ ਉਹ ਸਹੀ ਹੈ ਕਿ ਗਲਤ ਹੈ ਸ਼ਾਇਦ ਸਹੀ ਹੋਵੇ ਮੈਨੂੰ ਨਹੀਂ ਪਤਾ ਬਾਲੀ ਸਮਝ ਨਹੀਂ ਆਏ ਮੈਨੂੰ ਭਰਾ ਬਟ ਮੈਂ ਇੱਕ ਗੱਲ ਨੋਟ ਕੀਤੀ ਹੈ 35 ਘੰਟੇ ਪੜਾ ਤੇਰੇ ਚਿੱਤਰਾਂ ਦੀ ਕਾਜ ਹੋ ਰਹੀ ਹੈ ਤੂੰ ਚਿੱਤਰਾਂ ਦੀ ਕਾਜ ਕਰੀ ਜਾਂਦਾ ਹਾਂਜੀ ਦੋਸਤੋ ਇੱਕ ਵਾਰ ਫੇਰ ਤੋਂ ਹਾਜ਼ਰ ਹੋਏ ਹਾਂ ਖਬਰੀ ਡਾਕੀ ਦੇ ਵਿੱਚ ਲੈ ਕੇ ਇੱਕ ਹੋਰ ਅਪਡੇਟ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਬਿਗ ਬਾਰ ਸਨੀ ਮਾਲਟਨ ਤੇ ਸਿੱਧੂ ਮੂਸੇਵਾਲ ਦੇ ਵਿਚਕਾਰ ਇੱਕ ਬਹੁਤ ਵੱਡੀ ਕੰਟਰੋਵਰਸੀ ਕਈ ਦਿਨਾਂ ਤੋਂ ਚੱਲਦੀ ਆ ਰਹੀ ਹੈ ਜਿੱਥੇ ਕਿ ਸਿੱਧੂ ਮੂਸੇਵਾਲ ਨੂੰ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਕਈ ਲੋਕਾਂ ਦੀ ਸਪੋਰਟ ਵੀ ਮਿਲ ਚੁੱਕੀ ਹੈ ਉੱਥੇ ਹੀ ਕੱਲ ਜਗਦੀਪ ਰੰਧਾਵੇ ਨੇ ਵੀ ਇੱਕ ਲਾਈਵ ਕਰਦੇ ਹੋਏ ਸਨੀ ਮਾਲਟਨ ਤੇ ਬਿਗ ਬਾਰ ਨੂੰ ਰਿਪਲਾਈ ਕੀਤਾ ਸੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਦੋਸਤੋ ਇਹ ਜਗਦੀਪ ਰੰਧਾਵੇ ਦਾ ਲਾਈਵ ਸਨੀ ਮਾਲਟਨ ਨੇ ਵੀ ਦੇਖ ਲਿਆ ਹੈ ਅਤੇ ਹੁਣ ਸਨੀ ਮਾਲਟਨ ਨੇ ਜਗਦੀਪ ਰੰਧਾਵੇ ਨੂੰ ਇੱਕ ਫਨੀ ਰਿਪਲਾਈ ਕੀਤਾ ਹੈ ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜਗਦੀਪ ਰੰਧਾਵੇ ਦੀ ਬੋਲੀ ਬਿਲਕੁਲ ਠੇਠ ਪੰਜਾਬੀਆਂ ਵਾਲੀ ਹੈ ਅਤੇ ਜਗਦੀਪ ਰੰਧਾਵੇ ਦੀਆਂ ਇਹ ਦੇਸੀ ਗੱਲਾਂ ਲੱਗਦਾ ਹੈ ਕਿ ਸਨੀ ਮਾਲਟਨ ਨੂੰ ਪਸੰਦ ਨਹੀਂ ਆਈਆਂ ਇਸੇ ਕਰਕੇ ਸਨੀ ਮਾਲਟਨ ਨੇ ਜਗਦੀਪ ਰੰਧਾਵੇ ਦਾ ਮਜ਼ਾਕ ਉਡਾਉਂਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਜਗਦੀਪ ਰੰਧਾਵਾ ਲਾਈਵ ਨੂੰ ਲੈਵ ਬੋਲ ਰਿਹਾ ਹੈ ਜੋ ਕਿ ਅਕਸਰ ਹੀ ਜਗਦੀਪ ਰੰਧਾਵੇ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿਉਂਕਿ ਇਹ ਜਗਦੀਪ ਰੰਧਾਵੇ ਦਾ ਸਟਾਈਲ ਵੀ ਹੈ ਦੋਸਤੋ ਜਿਹੜਾ ਕਲਿੱਪ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਜਗਦੀਪ ਰੰਧਾਵੇ ਦਾ ਸ਼ੇਅਰ ਕੀਤਾ ਹੈ ਇਸ ਦੇ ਵਿੱਚ ਜਗਦੀਪ ਰੰਧਾਵਾ ਬੋਲਦੇ ਬੋਲਦੇ ਆਪਣੇ ਪਿਛਵਾੜੇ ਤੇ ਖੁਰਕ ਕਰਨ ਲੱਗ ਜਾਂਦਾ ਹੈ ਤੇ ਸਨੀ ਮਾਲਟਨ ਨੇ ਇਸ ਗੱਲ ਦਾ ਵੀ ਮਜ਼ਾਕ ਉਡਾਇਆ ਹੈ ਤਾਂ ਦੋਸਤੋ ਆਓ ਤੁਹਾਨੂੰ ਵੀ ਲੈ ਚੱਲਦੇ ਇਸ ਵਾਇਰਲ ਹੋ ਰਹੀ ਵੀਡੀਓ ਦੇ ਵੱਲ ਪਰ ਵੀਡੀਓ ਵੱਲ ਵਧਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਹਾਂਜੀ ਅੱਜ ਵੀਡੀਓ ਦੇਖੀ ਸੀਗੀ ਬਾਈ ਦੀ ਜਿਹੜਾ ਗਰਦ ਬਾਲੀ ਉਠਾਉਂਦਾ ਤੇ ਮੈਨੂੰ ਨਹੀਂ ਪਤਾ ਕਿ ਉਹ ਸਹੀ ਹੈ ਕਿ ਗਲਤ ਹੈ ਸ਼ਾਇਦ ਸਹੀ ਹੋਵੇ ਮੈਨੂੰ ਨਹੀਂ ਪਤਾ ਬਾਲੀ ਸਮਝ ਨਹੀਂ ਆਏ ਮੈਨੂੰ ਭਰਾ ਬਟ ਮੈਂ ਇੱਕ ਗੱਲ ਨੋਟ ਕੀਤੀ ਹੈ 35 ਘੰਟੇ ਪੜਾ ਤੇਰੇ ਚਿੱਤਰਾਂ ਦੀ ਕਾਜ ਹੋ ਰਹੀ ਹੈ ਤੂੰ ਚਿੱਤਰਾਂ ਦੀ ਕਾਜ ਕਰੀ ਜਾਂਦਾ ਭਰਾ ਉਹ ਕੰਮ ਜ਼ਰੂਰੀ ਆ ਤੂੰ ਕਾਜ ਪੂਰੀ ਕਰ ਲਾਈਵ ਲੂਵ ਤੋਂ ਬਾਅਦ ਵੀ ਜਾ ਸਕਦਾ ਭਰਾ ਹੋਲੀ ਫੱਕ ਸਿੱਧੂ ਮੂਸੇਵਾਲਾ ਸਨੀ ਮਾਰਟਣ ਬਿਗ ਬਾਰ ਇਹ ਮੁੱਦੇ ਤੇ ਅਸੀਂ ਲੈ ਆਵਾਂ।